ਅੱਜ ਕਿਹੜਾ ਸ਼ਿਕਾਰ ਹੈ? ਅੱਜ ਦਾ ਪੂਰਾ ਤਕੜਾ ਸ਼ਿਕਾਰ ਹੱਥ ਲੱਗੂ, ਜਿਹੜੇ ਆਪਣੇ ਨਾਲ ਦੇ ਪਿੰਡ ਵਾਲਾ ਪੁਰਾਣਾ ਸਰਪੰਚ ਨਹੀਂ ਸੀਗਾ, ਸਾਲੀ ਮੋਟੀ ਸਾਮੀ ਆ, ਉਹਦੇ ਕੋਲ ਬਥੇਰਾ ਪੈਸਾ ਕੁੱਟਿਆ, ਉਹ ਚੱਕਣ ਅੱਜ ਆ ਟਾਈਮ ਤਾਂ ਉਹ ਪੈਟਰੋਲ ਪੰਪ 'ਤੇ ਗੇੜਾ ਮਾਰ ਕੇ ਆਉਣਾ ਹੁੰਦਾ, ਅੱਜ ਨਹੀਂ ਸੁੱਕਾ ਜਾਣ ਦਿੰਦੇ। ਉਹ ਆਪਣੇ ਨਾਲ ਦੇ ਬੰਦੇ ਕਿੱਥੇ ਨੇ? ਮਾਂ ਦੇ ਪੁੱਤ ਤਾਂ ਪੁੱਛੀ ਨਾ, ਇੰਨੀ ਭੈੜੀ ਸਕੀਮ ਧਰੀ ਆ ਕਹਿਣਾ, ਇਹੀ ਤਾਂ ਕਿਤੇ ਉਈ ਨਹੀਂ ਲਾਈ। ਲੈ ਵੀ ਹੋ ਜਾ ਤਿਆਰ, ਬੰਦਾ ਤਾਂ ਆ ਗਿਆ। ਸਾਰਾ ਜਲਦੀ ਜਲਦੀ ਢੱਕ ਮੂੰਹ, ਕਾਰ ਤਾਂ ਆ ਗਿਆ। ਭੱਜਣ ਜਿਹਾ ਸੋਚੀ ਨਾ, ਗਰਦਨ ਚ ਰਹਿ ਕੇ ਹੋ ਜਾਊ। ਸਾਲਿਓ ਆ ਜਾਓ, ਹੁਣ ਕਿੱਧਰ ਰਹਿ ਗਏ? ਲੱਤਰ ਮਾਰ ਕੇ ਕਹਿਣਾ ਰੈਂਟਾ ਖਰਬੂਜੇ ਵਾਂਗੂ ਖੋਲ ਦੂ ਸਰ। ਲੱਤਰ ਲੱਤਰ ਤੁਹਾਨੂੰ ਪਤਾ ਨੀ ਤੁਸੀਂ ਕਿਹਦਾ ਪੰਗਾ ਲੈ ਰਹੇ ਹੋ, ਮੈਂ ਸਾਬਕਾ ਸਰਪੰਚ ਆ। ਮੌਤ ਤੇਰੇ ਸਿਰ ਤੇ ਖੜੀ ਆ, ਤੂੰ ਸਾਲਿਆ ਹਲੇ ਵੀ ਸਰਪੰਚੀ ਚੜਿਆ ਖੜਾ, ਕਰਾ ਤੇਰੀ ਸਰਪੰਚੀ ਦੂਰ ਹੋਏ। ਸਾਲਿਆ ਮਾਰ ਕੇ ਨਾਲੇ ਤੇ ਛੱਡ ਦਾਂਗੇ, ਲੱਭਣਾ ਵੀ ਨੀ ਕਿਸੇ ਨੂੰ। ਆ ਜਾਊਗਾ, ਕੱਢ ਲਓ ਜਿਹੜਾ ਕੁਛ ਹੈਗਾ। ਖੜਾ ਰਹਿ, ਹੈਗਾ ਵੀ ਆ ਕੁਛ ਮਲੰਗ ਕੋਲੇ? ਮੈਨੂੰ ਤਾਂ ਨੀ ਲੱਗਦਾ ਹੈਗਾ ਇਹਦੇ ਕੋਲ। ਬਾਈ ਦੇਵ, ਉਹ ਕੱਲ ਕਹਿੰਦੇ ਯਾਰ ਆਪਣੇ ਇੱਥੋਂ ਕਿਲੇ ਵਾਲੇ ਰਾਹ ਤੇ ਸੂਹੀ ਮੈਂਬਰ ਤੋਂ ਲੁੱਟ ਲਿਆ ਕਹਿੰਦੇ ਨੇ, ਕਹਿੰਦੇ ਨਾਲੇ ਕਹਿੰਦੇ ਸਕੂਟਰੀ ਲੁੱਟ ਕੇ ਉਹ ਲੈ ਗਏ ਹੋ ਕੇ। ਇਹ ਜਿਹੜੇ ਲੋਕ ਨਸ਼ੇ ਨੁਸ਼ੇ ਕਰਦੇ ਨਾ, ਦਵਾਈ ਆਪਣਾ ਖਾਂਦੇ ਨੇਗੇ, ਗੋਲੀਆਂ ਗਾਲੀਆਂ ਟੀਕੇ ਲਾਉਂਦੇ ਨੇ, ਇਹ ਉਹਨਾਂ ਦਾ ਕੰਮ ਹੈ। ਹੋਰ ਹਾਂ, ਇਹ ਤਾਂ ਹਾਲੇ ਆਤਮ ਬਚਾਤੀ ਨਾ ਲੋਕਾਂ ਨੇ, ਆਤਮ ਬਚਾਤੀ ਨਾ ਬੰਦੇ ਤਾਂ ਆਪਣੇ ਉਹ ਗੁਰਬਖਸ਼ ਦੇ ਮੁੰਡੇ ਦਾ ਕਾਲਜ ਦਾ ਨਵੇਂ ਇੰਜਣ ਪਿਆ ਸੀਗਾ, ਉਹ ਜਣੇ ਲੈ ਗਿਆ, ਨਾਲੇ ਸਾਡੀਆਂ ਸਾਡਾ ਬਾਂਸ ਵੱਢ ਕੇ ਲੈ ਗਿਆ ਕੋਈ। ਪੁਲਿਸ ਵਾਲੇ ਕਰੀ ਖੜੇ ਨੇ, ਉਹਦਾ ਵਿੱਚ ਨੇ ਇਹਨਾਂ ਦੇ ਕੰਜਰ ਨੇ ਪੱਕੀ। ਅੱਛਾ, ਮਤਲਬ ਕਿ ਫੜ ਫੁੜ ਨਹੀਂ ਸਕਦੇ ਕਿਸੇ ਨੂੰ? ਉਹ ਨਹੀਂ ਫੜਦੇ, ਤਾਂ ਹੱਥ ਵਿੱਚ ਹੈ ਆਪਦਾ ਹੱਥ ਉਹਨਾਂ ਦਾ। ਪਤਾ ਮੁੱਕਿਆ ਪਿਆ, ਕੱਖ ਕਿਹੜਾ ਪੱਟਿਆ ਜਾਂਦਾ? ਨਾ ਉਹ ਆਉਂਦਾ ਮਾਂ ਦਾ ਪੁੱਤ, ਮੈਂ ਹੁਣ ਆ ਜੂ, ਮੈਂ ਹੁਣ ਆ ਜੂ, ਆਪਦਾ ਕਰਾ ਕੇ ਕੰਮ ਆਪਦੇ ਵਾਰੀ ਫਿਰ ਛੁਰਨ ਹੋ ਜਾਂਦਾ। ਮਾਰਨ ਵਾਲੀ ਗੱਲ ਛੱਡ ਰੱਖਾ ਮਾਂ, ਬੜਾ ਭੈੜਾ ਖਜ਼ਾਨਾ ਲੱਗਿਆ ਮੇਰੇ ਹੱਥ। ਉਹ ਤੂੰ ਬੈ ਜਾ ਓਏ, ਲੱਗਾ ਖਜ਼ਾਨਾ ਤੇਰੇ ਹੱਥ ਪਹਿਲਾਂ ਦੀ ਪਹਿਲਾਂ ਤਾਂ ਉਦੋਂ ਮਰਵਾ ਦਿੱਤੀ ਮੈਨੂੰ, ਤੂੰ ਕੰਮ ਕਰਾਉਂਦਾ ਮਾਰਾ ਹੀ, ਹੁਣ ਮੈਨੂੰ ਐਂ ਤੈਨੂੰ ਐਂ ਵੀ ਹੁਣ ਗਾਲਾਂ ਕੱਢੂ ਇਹ ਵੀ ਮੈਂ ਲੇਟ ਹੋ ਗਿਆ। ਤੇ ਗੱਲ ਸੁਣ, ਮੇਰੀ ਗੱਲ ਤਾਂ ਸੁਣ। ਹਾਂ, ਪਿੰਡ 'ਚ ਗੱਲ ਸੁਣ ਕੇ ਮੈਂ ਇੱਕ, ਹਾਂ
ਬੰਦੇ ਗੱਲਾਂ ਕਰਦੇ ਸੀਗੇ ਹਾਂ ਕਹਿੰਦੇ ਅੱਜ ਕੱਲ ਟਾਈਮ ਚੱਲਦਾ ਹਾ ਲੁੱਟਾਂ ਖੋਹਾਂ ਵਾਲਿਆਂ ਦਾ ਹਾਂ ਭਾਈ ਇਹ ਤਾਂ ਮੈਂ ਵੀ ਸੁਣਿਆ ਖਾਸਾ ਕੰਮ ਔਖਾ ਹੋਇਆ ਪਿਆ ਨਾ ਮੈਂ ਵੀ ਹੱਥਾਂ ਡਾਂਗ ਛੁੱਟੀ ਨਾਲ ਲੈ ਕੇ ਆਇਆ ਕਰੂ ਕਾਹਨੂੰ ਔਖਾ ਨੀ ਕੰਮ ਤਾਂ ਬਾਹਰ ਸਿਖਾਲਿਆ ਕਿਉਂ ਪੁਲਿਸ ਦਾ ਨੀ ਕੋਈ ਹੈਗਾ ਸਿਆਪਾ ਵਿੱਚ ਪੁਲਿਸ ਨੇ ਕਹਿੰਦੇ ਵਿੱਚੋਂ ਦੀ ਜ਼ਮੀਨ ਫਿਰ ਗਲਤ ਗੱਲ ਆ ਭਾਈ ਪੁਲਿਸ ਦੀ ਹੈ ਨਾ ਵਿੱਚ ਤਾਂ ਉਹਨਾਂ ਦਾ ਹੱਕ ਬਣਦਾ ਕਿਸੇ ਦਾ ਬੱਚਾ ਦਾ ਨੁਕਸਾਨ ਹੁੰਦਾ ਕੋਲੇ ਕਟਾਂਗਾ ਉਹ ਕਿਵੇਂ ਮੈਂ ਤਾਂ ਤੇਰੀ ਗੱਲ ਨਹੀਂ ਸਮਝ ਰਹੀ ਤੂੰ ਕੀ ਕਹੀ ਜਾਂਦਾ ਹੈ ਤੂੰ ਮੇਰੀ ਤੱਕ ਸਮਝ ਨਹੀਂ ਰਿਹਾ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸਮਝਾ ਨਾ ਮੈਨੂੰ ਵੀ ਆਪਾਂ ਡਾਕਾ ਮਾਰੀ ਓਏ ਬਾਬੇ ਆ ਬੰਨੇ ਮੇਰਾ ਵੀ ਹੱਥ ਆਪਾਂ ਤੋਂ ਨਹੀਂ ਇਹ ਕੰਮ ਹੁੰਦਾ ਆਹ ਦੇਖ ਕਾਰਡਾਂ ਦੇ ਨਾਂ ਚੱਲਦਾ ਜੱਟ ਦਾ ਆਹ ਬੈਠਾ ਮਰਵਾਊ ਡਾਕੇ ਇਹ ਹਜੇ ਤਾਂ ਕਾਰਾਂ ਹੀ ਚੱਲਦਾ ਭੁੱਖੀ ਦੀ ਬੋਰੀ ਚੱਲਣ ਲਾ ਦੂੰ ਦੇਖ ਲੈ ਬੋਰੀ ਆਊ ਸਿੱਧੀ ਘਰੇ ਬੋਰੀ ਭੁੱਕੀ ਦੀ ਮੇਰੇ ਸਾਰੇ 10 ਸਾਲ ਹੋ ਗਏ ਤਾਂ ਖਾ ਕੇ ਵੀ ਨਹੀਂ ਦੇਖੀ ਹੋਣੀ ਨਾ ਯਾਰ ਨਾ ਨਾ ਭਾਈ ਤੂੰ ਤਾਂ ਮੈਨੂੰ ਪਤਾ ਗੱਲਾਂ ਚਲਾਉਣਾ ਆਪਦੀਆਂ ਚ ਨਾ ਭਾਗ ਜਾ ਉਰ ਮਾਰ ਇਹ ਗੱਲ ਹੈ ਫਿਰ ਆਹੋ ਤੇ ਲੈਣੇ ਸੁਰਗੇ ਝੂਟੇ ਨਾ ਨਾ ਆਪਾਂ ਤਾਂ ਨਹੀਂ ਦੇਣੇ ਤੂੰ ਹੀ ਲੈ ਲੈ ਤੂੰ ਹੀ ਔਖਾ ਹੈ ਬਾ ਠੀਕ ਹੈ ਫਿਰ ਆਹੋ ਤੇ ਕੋਈ ਨਹੀਂ ਬਸ ਫਿਰ ਭਾਈ ਯਾਦ ਰੱਖਾਂਗੇ ਆਹੋ ਹੈਲੋ ਮਾਖਣੀ ਬੋਲਦਾ ਮਾਖਣੀ ਅੱਛਾ 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 ਠੀਕ ਹੈ ਭਾਈ ਤੇ ਸਿਗਨੇਚਰ ਦਾ ਡੱਬਾ ਚਾਹੀਦਾ ਇੱਕ ਹਾਂ ਪੈਸੇ ਨਗਦ ਤੇ ਹੋਰ ਨੋਟ ਕਰ ਲੈ ਇੱਕ ਬੋਰੀ ਭੁੱਕੀ ਦੀ ਹਾਂ ਰੇਟ ਪੂਰਾ ਫੁੱਲ ਚੱਕ ਮੈਂ ਲਾ ਦੀ ਭਾਵੇਂ ਪੈਸਾ ਬਹੁਤ ਹੈ ਮੇਰੇ ਕੋਲੇ ਹੱਥ ਲੱਗ ਗਏ ਇਹਦੇ ਬੋਰੀਆਂ ਭੁੱਕੀ ਦੀਆਂ ਮੰਗਾ ਰਿਹਾ ਹੈ ਕਿਧਰ ਆ ਦਾਰੂ ਜੀ ਮੰਗਾਈ ਜਾਂਦਾ ਲੈ ਹੋਰ ਹੀ ਕਿਤੇ ਸੁਣੀ ਨਹੀਂ ਕਰੀ ਨਹੀਂ ਫੂਕਣਾ ਮੈਂ ਤਾਂ ਹੀ ਖਾ ਕੇ ਹੱਗਣਾ ਹੈ ਤਾਂ ਮੈਂ ਦੱਸਤੀ ਗੱਲ ਹਾਂ ਊਂ ਤਾਂ ਪਊਗਾ ਵੀ ਹੱਥ ਨੇ ਮੈਥੋਂ ਲੱਗ ਜਾਂਦਾ ਲਵਾਂਗਾ ਮੈਂ ਜਾਂ ਭੇਤ ਲਵਾਂਗਾ ਕੀ ਕਹਿੰਦਾ ਹਾਂ ਤੈਨੂੰ ਮੈਂ ਕਰਦਾ ਫੋਨ ਠੀਕ ਹੈ ਕਿੱਥੇ ਪਹੁੰਚਾਉਣੀ ਹੈ ਹਾਂ ਚੰਗਾ ਭਾਈ ਆਪਣਾ ਤਾਂ ਕੰਮ ਹੋ ਗਿਆ ਆਪਾਂ ਹੁਣ ਚੱਲਦੇ ਹਾਂ ਇੱਥੋਂ ਆਪਾਂ ਵੀਰ ਹਾਂ ਛੋਟੇ ਵੀਰ ਕੀ ਹੋ ਗਿਆ ਭੁੱਕੇ ਦੀ ਇੱਕ ਬੋਰੀ ਨਾ ਸਰਜੂ ਦੋਹਾਂ ਦਾ ਸਰਨਾ ਨਹੀਂ ਦੋਹਾਂ ਦਾ ਹੋਰ ਫਿਰ ਹੋਣਾ ਨਾਲ ਹਿੱਸਾ ਪੈ ਜੂ ਪਾਵਾਂਗੇ ਫਿਰ ਔਖੇ ਸੌਖੇ ਪੁੱਤਾ ਰੂਹ ਖੁਸ਼ ਕਰਤੀ ਮੈਂ ਤਾਂ ਫਿਰ ਤੋਂ ਡਰਦਾ ਫਿਰ ਓਹੋ ਇਹ ਤਾਂ ਤੂੰ ਗੱਲੀ ਵਾਲੀ ਕੱਚੀ ਕਰਤੀ ਤੁਰਪੇ ਫਿਰ ਚਾਹੀਦੀ ਮੂਹਰੇ ਡੀਸੀ ਆ ਜੇ ਇਹ ਨੀ ਮੁੜਦਾ ਮੋਚਦਾ ਨੀ ਚੀਰ ਵਾਲੀ ਪੜੀ ਹੈ ਫੇਰੀ ਪੱਟਾਂਗੇ ਓਏ ਇੱਧਰ ਮੈਨੂੰ ਕੋਈ ਬੰਦਾ ਬੋਲਦਾ ਦੀਂਦਾ ਓਏ ਓਏ ਕਿੱਤ ਓਏ 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 ਉਹ ਬੰਦਾ ਓ ਬੰਦਾ ਓਏ ਓਏ ਮੈਂ ਆ ਬਿੰਡੀ 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 ਮੇਰਾ ਸਾਰਾ ਜਮੀ ਮਾਰਤਾ ਸੀ ਓਏ ਬੂਥੀ ਦਾ ਕਿ ਸ਼ੈਤਾਨ ਦਾ ਘਰ ਹੈ ਓਏ ਤੂੰ ਬੰਦਾ ਲੁੱਟੇਗਾ ਦਿਲ ਜਾ ਤਾਂ ਗਲੇ ਕੋਲੋਂ ਮੁੜ ਕੇ ਗਿਆ ਮੇਰਾ ਉਹ ਕਾਹਦਾ ਯਾਰ ਮਾਂ ਦੇ ਪੁੱਤਾ ਮੈਂ ਕਹਿੰਦਾ 2 ਵੱਜ ਗਏ ਓਏ ਕੋਈ ਆਉਂਦਾ ਨਹੀਂ ਹੁਣ ਆਪਾਂ ਚੱਲੀਏ ਆਪਾਂ ਜਾ ਕੇ ਮੇਰੀ ਗੱਲ ਸੁਣ ਆਪਾਂ ਉਹਨੂੰ ਚੱਲਦੇ ਹਾਂ ਨਾ 2 ਘੰਟੇ ਵਧੀਆ ਨੀਂਦ ਆਊਗੀ ਬਹੁਤ ਮੱਛਰ ਨੂੰ ਉਰੇ ਪੈਰ ਖਵਾਲੇ ਨੋ ਮੈਨੂੰ ਤਾਂ ਸਿਗਨੇਚਰ ਦਿੰਦੀ ਹੈ ਮੈਂ ਤੈਨੂੰ ਕਿੱਥੇ ਸਿਗਨੇਚਰ ਤਾਂ ਮੇਰੇ ਬੰਦਾ ਲੁੱਟ ਕੇ ਜਾਊ ਮੈਂ ਤਾਂ ਮੈਂ ਤਾਂ ਬਾਲਾ ਪੜਾ ਹੋ ਗਿਆ ਜਿਕਰ ਓਏ ਮੈਂ ਕਹਿ ਦਿਆ ਉਹੀ ਨਹੀਂ ਬੀਤਾ ਅੱਜ
फिर तो फोड़ोंग ब्रेका फेल ही ने सिग्नेचर दी पेटी पेटी दीदी बैटरी फटा बैटरी मेरे का बैटरी बंद कर मेरा बिर देखा बंदा मारना नहीं है अपने रोना है मारना नहीं है बंदा मैंने यार तू आप मैं मगर धक्का लाऊंगा धक्का लाऊंगा मगर चल बुझ के बुझ के बुझ के नाले चंडी पी नाले चंडी पी कट्टी कोले आ जाने भज के मूहरे हो जाएंगे टक्कर मारा मूरे खड़ जा ओ देखी बाबा कि मैं उठले फिर मरना थले आके तू सड़ दो मेनू तेनू होया की है ओ दस दे की दे मारना मेनू मेनू देख नहीं रहा कुछ मैं इतो तेरे ना खोपड़ च बजे आई ना पुलिस आ गई पुलिस केड़ी पुलिस पालसा मैनू नहीं दी मैं तो हूं बिच बजू दस कितने नंबर तर लुट सारा कुछ ही मैनू ही कुटी जाता आना तू दस पमीरी जी की कर दी तेरे बोल गया तू दस दे मैं दस सीधा खड़ पहला देख के दसी पूजनीय अफसर साहब असि तो ना इथे सूट मोटे डाके मारन खड़ गए जी बज गया फिर बज गया थाने चलो मेरे नाल मैं मेरा डाके अफसर साहब सूट पहन किथे अरे ये तो खूब चौड़े तीन दा सर मुड़ जाहिंदी है तो मैं मेरा डाके ढिड बन के कोई कमाई कर आए थे होगी गल ਅੱਜ ਤੋਂ ਬਾਅਦ ਨਹੀਂ ਖੜਦੇ ਉਹ ਸਾਡੇ ਪਰ ਨਾ ਚਲੋ ਫਿਰ ਚਲੋ ਤੁਹਾਨੂੰ ਸਵੇਰੇ ਦੇਖਦਾ ਮੈਂ ਆ ਕੇ ਪਿੰਡ 'ਚ ਸਿਗਰਟ ਲੈ ਕੇ ਹਾਏ ਵੇ ਪਾਣੀ ਦਾ ਵੇ ਹੋ ਪਿਆ ਲੋਏ ਹੋ ਪਿਆ ਦੇ ਸਿਗਨੇਚਰ ਜਾਓ ਚਲੋ ਸਿਗਨੇਚਰ ਹੋ ਪੀ ਲਾ ਏ ਮਾਂ ਦੇ ਆ ਪੁੱਤਾ ਚੀਸ ਪੈਂਦੀ ਐ ਕਾਹਨੂੰ ਕਹਿਣਾ ਪੁਲਿਸ ਨੇ ਪਰ ਆਏ ਐ ਮੁਰਸੀ ਜਿਹਾ ਬੇਚਾਰਾ ਹੈਗਾ ਭਗਤੀ ਭੁੱਕੀ ਦਾ ਕਾਰਡ ਕਾਰਡ ਲਵਾ ਕੇ ਬਚਾ ਤੇ ਉਹਨੇ ਕੁੱਟ ਦਾ ਪਤਾ ਨਹੀਂ ਲੱਗਿਆ ਖੜਤੇ ਪੁੱਤਾ ਮੇਰੇ ਤਾਂ ਇੱਕ ਪਾਸੇ ਮਾਰੀ ਗਏ
हो गया ऑर्डर या बस एक मिनट खड़ा हो रहा कोई आ ही बंदे नहीं हैगे जिन्ना दी पिंड दी चर्चा हुई पई है हैगे ता ओही ने छिड़के ना देखे उनों चल चल प्रिंस ओए हां मैं सुनया रात बहुत बड़ा डाका मारा अपने पिंड दे बंदे ने सेड़दा है मैं ता होर भी सुनया रकम कहंदे ज्यादा होगी पुलिस वाले आप घरे छड़ा के गए ने कमेंट करके जरूर दस्यो ਤੇ ਬਾਕੀ ਵੀਰੇ ਜਿਹੜਾ ਆਪਣਾ ਮੇਨ ਮੋਟਿਵ ਸੀ ਵੀਡੀਓ ਬਣਾਉਣ ਦਾ ਉਹ ਇਹੀ ਸੀਗਾ ਕਿ ਵੀਰੇ ਅੱਜ ਕੱਲ੍ਹ ਵੀਰੇ ਇਹ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਯਾਰ ਆਪਣੇ ਪਿੰਡਾਂ 'ਚ ਸਾਡੇ ਪਿੰਡ 'ਚ ਵੀ ਹਾਲ 'ਚ ਬਹੁਤ ਵਾਰਦਾਤਾਂ ਹੋਈਆਂ ਨੇ ਇੱਦਾਂ ਦੀਆਂ ਤੇ ਅਸੀਂ ਸਾਰਿਆਂ ਨੂੰ ਬਈ ਇਹੀ ਬੇਨਤੀ ਕਰਦੇ ਹਾਂ ਵੀ ਤੁਸੀਂ ਨੇ ਖੇਤ ਜਾਣਾ ਜਾਂ ਰਾਤ ਬਰਾਤ ਕਿਤੇ ਹੋਰ ਜਾਣਾ ਮੋਟਰ ਮੋਟਰ ਬੰਦ ਕਰਨੇ ਆ ਹਾਂ ਤਾਂ ਬਈ ਇਕੱਲਿਆਂ ਜਾਓ ਆਸਲ ਮੇਂ ਤਾਂ ਬੰਦਾ ਇੱਕ ਨਾਲ ਲੈ ਜਾਓ ਜੇ ਬਈ ਇਕੱਲੇ ਜਾਂਦੇ ਹੋ ਤਾਂ ਨਾਲ ਕੋਈ ਆਪਦਾ ਹਥਿਆਰ ਲੈ ਕੇ ਜਾਓ ਕੋਈ ਡੰਡਾ ਸੁੱਟੀ ਕੋਈ ਲੈ ਕੇ ਜਾਓ ਠੀਕ ਹੈ ਜੀ ਤੇ ਬਾਕੀ ਜੀ ਹਮੇਸ਼ਾ ਹੀ ਸਾਡੇ ਚੈਨਲ ਨੂੰ ਇਦਾਂ ਮੁੰਡਾ ਦਿਖਾ ਮੁੰਡਾ ਦਿਖਾ ਕਿਸਾਨ ਜੀ ਆ ਦੇਖੋ ਐਵੇਂ ਕੋਈ ਝੰਡੇ ਲਾਓ ਇਹਦੇ ਵਾਂਗੂ ਝੰਡੇ ਲਾਓ ਕਿਸਾਨ ਜੀ ਨੂੰ ਪ੍ਰਮੋਟ ਕਰੋ ਚਲੋ ਓਕੇ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ